ਈਵਨ ਪੰਜਾਬੀ ਦੇ ਈਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੜਾ ਕੇ ਹਾਜ਼ਰ ਹੈ। ਖਰੀਆਂ ਖਰੀਆਂ ਦੋਸਤੋ, 7 ਅਕਤੂਬਰ ਦੀ ਰੈਲੀ ਜਿਹੜੀ ਪਟਿਆਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਸੀ, ਔਰ ਹਰ ਇੱਕ ਦੀਆਂ ਨਜ਼ਰਾਂ ਮਤਲਬ ਇਹ ਸਨ ਕਿ ਆਖਰ ਸੁਖਬੀਰ ਬਾਦਲ ਕਾਂਗਰਸ 'ਤੇ ਕਿਹਨਾਂ ਕਿਹਨਾਂ ਸ਼ਬਦਾਂ ਵਿੱਚ ਹਮਲਾ ਕਰਦੇ ਨੇ। ਲੇਕਿਨ ਜਦੋਂ ਹੀ ਸੁਖਬੀਰ ਬਾਦਲ ਨੂੰ ਸਮਾਂ ਮਿਲਿਆ ਬੋਲਣ ਦਾ, ਔਰ ਬੋਲਦੇ ਸਾਰ ਹੀ ਉਹਨਾਂ ਨੇ ਕਿਹਾ ਕਿ ਮੇਰੇ ਬਾਪ ਸਮਾਨ, ਜਦੋਂ ਇਹ ਸ਼ਬਦ ਨਿਕਲਿਆ ਤਾਂ ਜਿਹੜੇ ਵਿਰੋਧੀ ਸੀਗੇ ਉਹ ਮਤਲਬ ਇੱਕਦਮ ਖੁਸ਼ ਹੋ ਗਏ ਕਿ ਇਸ ਵਾਰ ਫਿਰ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲ ਗਈ। ਔਰ ਪੰਡਾਲ ਵਿੱਚ ਜਿੰਨੇ ਵੀ ਲੋਕ ਇਸ ਰੈਲੀ ਦੇ ਵਿੱਚ ਪਹੁੰਚੇ ਹੋਏ ਸਨ ਉਹ ਵੀ ਹੱਥ 'ਤੇ ਹੱਥ ਮਾਰ ਕੇ ਖੂਬ ਨੱਚੇ। ਲੇਕਿਨ ਇਸ ਸਵਾਲ ਦਾ ਜਦੋਂ ਇਹ ਵਾਇਰਲ ਵੀਡੀਓ ਹੋਈ, ਜਦੋਂ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਲਈ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਹੀ ਸਵਾਲ ਚੱਕਿਆ ਕਿ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਵੇਂ ਚੁਟਕੀ ਲਈ, ਇਹ ਜ਼ਰਾ ਤੁਸੀਂ ਵੀ ਸੁਣੋ। ਇਸਕੋ ਪੁੱਛੇ ਸੁੱਖੇ ਗੱਪੀ ਕੋ ਇਹ ਪੁੱਛੇ, ਜਿਸਕੋ ਇਹ ਨਹੀਂ ਪਤਾ ਕਿ ਮੇਰਾ ਪਾਪਾ ਹੈ ਕਿ ਨਹੀਂ ਹੈ, ਉਹ ਇਹ ਬਾਤੇਂ ਕਰਤਾ ਉਹ ਅੱਛਾ ਲੱਗਤਾ ਹੈ। ਦੋ ਵਾਰ ਮੈਂ ਮਜ਼ਾਕ ਉਡਾ ਚੁੱਕਾ ਹੂੰ, ਫਿਰ ਕਹਿਤਾ ਮੇਰੇ ਪਿਤਾ ਸਮਾਨ। ਇਸਕੋ ਇਹ ਨਹੀਂ ਪਤਾ ਕਿ ਮੇਰੇ ਪਿਤਾ ਵੀ ਹੈ ਕਿ ਨਹੀਂ ਹੈ, ਜੋ ਇਹ ਬੰਦਾ ਐਸੀ ਬਾਤੇਂ ਕਰਤਾ ਉਸਕੋ ਜਵਾਬ ਦੇਣਾ ਚਾਹੀਏ। ਦੂਸਰੀ ਬਾਤ ਮੈਂ ਫਿਰ ਕਹਿ ਰਹਾ ਹੂੰ, ਇਹ ਖੁਦ ਮੀਡੀਆ ਬੈਰਨ ਹੈ, ਖੁਦ PTC ਕੋ ਚਲਾਤਾ ਹੈ। ਹਮਨੇ ਕਭੀ PTC ਕਾ ਯੇ ਉਠਾ ਕੇ ਐਸੇ ਨਹੀਂ ਫੇਂਕਾ, ਆਜ ਤੱਕ ਨਹੀਂ ਫੇਂਕਾ। ਇਸਕਾ ਇਤਨਾ ਅਹੰਕਾਰ ਹੈ ਕਿ ਯੇ 7 ਇਲੈਕਸ਼ਨ ਹਾਰ ਚੁੱਕਾ ਹੈ, ਫਿਰ ਵੀ ਇਸਕੋ ਮੀਡੀਆ ਕੀ ਰਿਸਪੈਕਟ ਕਰਨੀ ਨਹੀਂ ਆਤੀ। ਯੇ ਆਜ ਵੀ ਉਸੀ ਅਹੰਕਾਰ ਮੇ ਇਨ ਦੀ ਕਲਾਊਡ ਕੁਕੂ ਵਰਲਡ ਹੀ ਲਿਵਸ। ਆਜ ਵੀ ਉਠਾ ਕੇ ਕਦੀ ਕਿਸੀ ਕਾ ਉਹ ਫੇਂਕ ਦਿੱਤਾ, ਕਭੀ ਕਿਸੀ ਕਾ ਉਹ ਫੇਂਕ ਦਿੱਤਾ। ਮੇਰਾ ਮੈਂ ਕਹਿੰਦਾ ਕਿਸੇ ਨਾਲ ਹੋਵੇ, ਠੀਕ ਹੈ, ਮੈਂ ਇਹ ਕਹਿ ਸਕਦਾ ਵੀ ਭਾਈ ਮੈਂ ਤੈਨੂੰ ਨਹੀਂ ਮਿਲਣਾ, ਮੈਂ ਤੇਰੇ ਨਾਲ ਗੱਲਬਾਤ ਨਹੀਂ ਕਰਨੀ, ਪਰ ਅਗਰ ਕੋਈ ਆ ਕੇ ਇੱਦਾਂ ਰੱਖ ਦਿੰਦਾ ਮੈਂ ਚੁੱਕ ਕੇ ਐਂ ਭਗਾ ਕੇ ਨਹੀਂ ਕਦੇ ਮਾਰੇ ਕਿਸੇ ਦਾ। ਇਹ ਐਡਾ ਵਾਹੀਆਤ ਆਦਮੀ ਹੈ, ਇਹਨੂੰ ਕੋਈ ਅਕਲ ਨਹੀਂ, ਇਹ ਆਪਣੇ ਅਹੰਕਾਰ 'ਚੋਂ ਨਿਕਲ ਹੀ ਨਹੀਂ ਸਕਿਆ। ਔਰ ਇਹਦੇ ਅਹੰਕਾਰ ਦਾ ਨਤੀਜਾ ਵੀ ਅੱਜ ਇਹਦਾ ਵਿਰੋਧ ਇਹ ਪੰਥ ਦੀ ਗੱਲ ਕਰਦਾ, ਜਿਸ ਪੰਥ ਔਰ ਗ੍ਰੰਥ ਦੀ ਨਿਰਮਲ ਧਾਰਾ ਦੇ ਵਿੱਚੋਂ ਅਕਾਲੀ ਦਲ ਨਿਕਲਿਆ ਉਹ ਪੰਥ ਵੀ ਡਟ ਕੇ, ਸਿੱਖ ਕੌਮ ਡਟ ਕੇ ਇਹਦੇ ਖਿਲਾਫ ਖੜੀ ਹੈ। ਜੁੱਤੇ ਵੱਜ ਰਹੇ ਨੇ ਬਜ਼ੁਰਗ ਦੇ ਵੀ, ਇਹਦੇ ਵੀ ਡਾਂਗਾਂ ਵੱਜਦੀਆਂ ਨੇ, ਲੋਕੀ ਕਿਰਪਾਨਾਂ ਕੱਢੀ ਖੜੇ ਆ। ਔਰ ਦੂਸਰੀ ਗੱਲ, ਇਹਦੇ ਆਪਦੇ ਅਕਾਲੀ ਦਲ ਦੇ ਬੰਦੇ, ਢੀਂਡਸਾ ਸਾਹਿਬ ਅਕਾਲੀ ਦਲ ਨਹੀਂ, ਹੈਂਜੀ ਬੀਬੀ ਕਿਰਨਜੋਤ ਕੌਰ ਅਕਾਲੀ ਦਲ ਨਹੀਂ, ਹੈ ਬ੍ਰਹਮਪੁਰਾ ਸਾਹਿਬ ਅਕਾਲੀ ਦਲ ਨਹੀਂ, ਡਾਕਟਰ ਰਤਨ ਸਿੰਘ ਨਾਲ ਅਕਾਲੀ ਦਲ ਨਹੀਂ, ਸੇਖਵਾਂ ਸਾਹਿਬ ਅਕਾਲੀ ਦਲ ਨਹੀਂ, ਕੌਣ ਖੜਾ ਇਹਦੇ ਨਾਲ? ਇਹ ਅਕਾਲੀ ਦਲ ਖਾਲੀ ਦਲ ਬਣਾਊ, ਇਹ ਜੀਜਾ ਸਾਲਾ ਪ੍ਰਾਈਵੇਟ ਲਿਮਿਟਡ ਕੰਪਨੀ ਬਣੂ, ਮੇਰੀ ਗੱਲ ਨੂੰ ਅੱਜ ਲਿਖ ਲਓ, ਪ੍ਰਾਈਵੇਟ ਲਿਮਿਟਡ ਕੰਪਨੀ ਇਹਨਾਂ ਦੀ ਬਣੂ, ਇਹ ਕੱਲਮ ਕੱਲੇ ਰਹਿ ਜਾਣਗੇ, ਪੱਲੇ ਇਹਨਾਂ ਦੇ ਕੱਖ ਨਹੀਂ ਰਹਿਣਾ ਹੋਰ। ਔਰ ਅਸੀਂ ਤਾਂ ਜੀਜਾ ਸਾਲਾ ਨੂੰ ਜਿੱਥੇ ਦੇਖਦੇ ਤਾਂ ਖੁਸ਼ ਹੋ ਜਾਂਦੇ, ਮੁਕੈਂਬੋ ਦੇ 25 ਸਾਲ ਪਹਿਲਾਂ ਖੁਸ਼ ਹੁੰਦੇ ਸੀ, ਮੈਂ ਤਾਂ ਦੇਖਦੇ ਸਾਂ ਸਰਦਾਰ ਖੁਸ਼ ਹੋਇਆ, ਜਿੱਥੇ ਆ ਗਏ ਵੋਟਾਂ ਸਾਨੂੰ ਪੈਣੀਆਂ ਪੈਣੀਆਂ, ਕਿਉਂਕਿ ਇਹਨਾਂ ਦੇ ਦੁਸ਼ਕਰਮ ਇਹਨਾਂ ਦੇ ਸਾਹਮਣੇ ਆਏ। ਬਿਲਕੁਲ ਜੀ ਬਿਲਕੁਲ, ਨਵਜੋਤ ਸਿੰਘ ਸਿੱਧੂ ਤਾਂ ਹਮੇਸ਼ਾ ਹੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਮਤਲਬ ਸੁਖਬੀਰ ਬਾਦਲ ਦੇ ਉੱਪਰ ਤੰਜ ਕੱਸਦੇ ਹੀ ਰਹਿੰਦੇ ਨੇ। ਦੇਖਣਾ ਹੁਣ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਲੰਬੀ ਰੈਲੀ ਵਿੱਚ ਨਹੀਂ ਪਹੁੰਚੇ ਸੀ, ਔਰ ਆਉਣ ਵਾਲੇ ਸਮੇਂ ਵਿੱਚ ਸੁਖਬੀਰ ਬਾਦਲ ਜੀ ਦਾ ਕੀ ਬਿਆਨ ਹੋ ਸਕਦਾ ਉਸ ਦਾ ਕਰਨਾ ਪਏਗਾ ਸਾਨੂੰ ਇੰਤਜ਼ਾਰ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।